ਸਸਤੀ ਗਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਜਿਹੜੀ ਤੁਹਾਡੇ ਲਈ ਮੈਂ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਉਹ ਪੰਜਾਬ ਦੇ ਸਾਰੇ ਕੈਂਡੀਡੇਟਸ ਦੇ ਲਈ ਬਹੁਤ ਵਧੀਆ ਮੌਕਾ ਹੈ ਜੀ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ ਕੀ ਕੀ ਤੁਹਾਨੂੰ ਇੱਥੇ ਜਿਹੜਾ ਹੈ ਜੀ ਬੈਨੀਫਿਟ ਮਿਲਣ ਵਾਲੇ ਨੇ ਤੇ ਕਿਹੜੇ ਕਿਹੜੇ ਕੈਂਡੀਡੇਟ ਐਲੀਜੀਬਲ ਨੇ ਇਨ ਆ ਪੋਸਟਾਂ ਦੇ ਲਈ ਪੂਰੀ ਜਾਣਕਾਰੀ ਮੈਂ ਅੱਗੇ ਵੀਡੀਓ 'ਚ ਤੁਹਾਨੂੰ ਮੈਂ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਸਾਰੀਆਂ ਰਿਕਰੂਟਮੈਂਟ ਰਿਲੇਟਡ ਅਪਡੇਟ ਜਿਹੜੀਆਂ ਨੇ ਉਹ ਲੈ ਕੇ ਆਂਦਾ ਰਵਾਂਗਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਸਾਡੇ ਚੈਨਲ ਦੇ ਥਰੂ ਤੁਹਾਨੂੰ ਸਾਰੀ ਸਰਕਾਰੀ ਗਿਆਰ ਸਰਕਾਰੀ ਸੈਮੀ ਗਵਰਨਮੈਂਟ ਵੱਲੋਂ ਜਿੰਨੀਆਂ ਭਰਤੀਆਂ ਜਾਂ ਕੋਈ ਨੋਟੀਫਿਕੇਸ਼ਨ ਆਊਟ ਹੁੰਦੇ ਨੇ ਜਾਂ ਕਿਸੇ ਸਕੀਮ ਦੀ ਅਪਡੇਟ ਹੋਵੇ ਤੁਹਾਨੂੰ ਮਿਲਦੀ ਰਹਿੰਦੀ ਹੈ ਸੋ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਜੀ ਔਰ ਬਾਕੀ ਸਾਰੇ ਅਪਡੇਟਸ ਦੇ ਲਈ ਸਾਡੀ ਵੈਬਸਾਈਟ ਜੋ ਕਿ meedacademy.xyz ਹੈ ਉਥੋਂ ਲੈ ਸਕਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਕਿਸੇ ਗਵਰਨਮੈਂਟ ਜੌਬ ਦੀ ਵੀ ਤਿਆਰੀ ਕਰ ਰਹੇ ਹੋ ਤਾਂ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ 'ਚ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਅੱਜ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਭ ਕਿਸ ਕਰ ਲੈਣੇ ਤੇ ਚਲਦੇ ਹਾਂ ਉਹਫੀਸ਼ਲ ਨੋਟੀਫਿਕੇਸ਼ਨ ਦੇ ਉੱਪਰ ਜਿਹੜਾ ਹੈ ਕਿ ਸਰਕਾਰ ਵੱਲੋਂ ਹੀ ਆਊਟ ਕੀਤਾ ਗਿਆ ਹੈ ਸਰਕਾਰ ਦੇ ਡਿਪਾਰਟਮੈਂਟ ਵੱਲੋਂ ਤੇ ਉੱਥੇ ਜਾ ਕੇ ਤੁਹਾਨੂੰ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਮੈਂ ਸ਼ੇਅਰ ਕਰ ਦਾਂ ਜੀ ਸੋ ਅੱਜ ਦਾ ਜਿਹੜਾ ਇਹ ਨੋਟੀਫਿਕੇਸ਼ਨ ਹੈ ਇਹ ਹੈਗਾ ਜੀ ਇੰਟਰਨਸ਼ਿਪ ਦਾ ਜਿਸ ਦੇ ਵਿੱਚ ਪੀ ਐਸ ਈ ਜੀ ਐਸ ਮੋਹਾਲੀ ਇੱਕ ਸੁਸਾਇਟੀ ਜਿਹੜੀ ਕਿ ਅੰਡਰ ਗਵਰਨਮੈਂਟ ਆਫ ਪੰਜਾਬ ਦੇ ਅੰਡਰ ਹੈ ਸੋ ਇਹ ਪੰਜਾਬ ਸਟੇਟ ਈ ਗਵਰਨਰਨਸ ਸੁਸਾਇਟੀ ਜੋ ਕਿ ਡਿਪਾਰਟਮੈਂਟ ਆਫ ਗਵਰਨਰਸ ਰੀਫਾਰਮ ਐਂਡ ਪਬਲਿਕ ਜਿਹੜਾ ਤੁਹਾਨੂੰ ਪਹਿਲਾਂ ਵੀ ਇੱਕ ਨੋਟੀਫਿਕੇਸ਼ਨ ਆਇਆ ਸੀ ਮੈਂ ਦੱਸਿਆ ਸੀਗਾ ਉਹਦੇ ਅੰਡਰ ਹੀ ਹੈ ਇਹ ਨੋਟੀਫਿਕੇਸ਼ਨ ਵੀ ਸੋ ਇਸ ਦੇ ਵਿੱਚ ਵੇਰੀਅਸ ਆਈਟੀ ਤੇ ਈ ਗਵਰਨਰਨਸ ਪ੍ਰੋਜੈਕਟ ਦੇ ਵਿੱਚ ਕੰਮ ਕਰਦੇ ਨੇ ਸੋ ਇਹਦੇ ਵਿੱਚ ਉਹਨਾਂ ਨੇ ਇੰਟਰਨਸ਼ਿਪ ਦੇ ਲਈ ਕੈਂਡੀਡੇਟਸ ਨੂੰ ਇਨਵਾਈਟ ਕੀਤਾ ਹੈ ਜੀ ਇਸ ਦੇ ਵਿੱਚ ਸੈਲਰੀ ਵੀ ਪ੍ਰੋਪਰ ਮਿਲੇਗੀ ਤੁਹਾਨੂੰ ਮੈਂ ਹੋਵੇਗੀ ਦੱਸਾਂਗਾ ਤੁਹਾਨੂੰ ਇਸ ਦੇ ਵਿੱਚ ਜਿਹੜੇ ਕੈਂਡੀਡੇਟਸ ਪਰਸੂਇੰਗ ਨੇ ਮਤਲਬ ਜਿਹੜੇ ਆਲਰੇਡੀ ਪੜ ਰਹੇ ਨੇ ਜਿੱਦਾਂ ਕਿ ਬੀਈ ਬੀਟੈਕ ਜਿਹੜੇ ਕਿ ਸੀਐਸਸੀ, ਈਸੀ ਜਾਂ ਆਈਟੀ ਦੇ ਵਿੱਚ ਕਰ ਰਹੇ ਨੇ ਜਾਂ ਫਿਰ ਐਮਸੀਏ ਕਰ ਰਹੇ ਨੇ ਠੀਕ ਹੈ ਸੌਲਵਡ ਡਿਵੈਲਪਮੈਂਟ ਡਿਵੀਜ਼ਨ ਦੇ ਵਿੱਚ ਤਾਂ ਉਹ ਇਹਦੇ ਲਈ ਐਡਿਟਿੰਗ ਟਰਨਸ ਦੇ ਲਈ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਦੇ ਉਹਨਾਂ ਦੇ ਲਾਈਵ ਪ੍ਰੋਜੈਕਟਸ ਨੇ ਜਿਹੜੇ ਮੇਨਲੀ .net ਤੇ MS SQL ਦੇ ਵਿੱਚ ਇਹਦੇ ਕੰਮ ਕਰ ਰਹੇ ਨੇ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਸੋ ਬਹੁਤ ਵਧੀਆ ਓਪਰਚ्युनिटी ਹੈ ਜੀ ਠੀਕ ਹੈ ਜੀ ਬੇਸਡ ਔਨ ਪਰਫਾਰਮੈਂਸ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਜੌਬ ਓਪਰਚ्युनिटी ਦੇ ਲਈ ਵੀ ਜਿਹੜਾ ਹੈ ਜੀ ਆਊਟਸੋਰਸ ਕੀਤਾ ਜਾ ਸਕਦਾ ਹੈ ਸੋ ਤੁਸੀਂ ਇਹਦੇ ਲਈ ਜ਼ਰੂਰ ਅਪਲਾਈ ਕਰਨਾ ਜਿਹੜੇ ਪੜ ਰਹੇ ਨੇ ਇਹ ਚ ਤੁਹਾਨੂੰ ਇੱਕ ਸਟਾਈਫੈਂਡ ਅਮਾਉਂਟ 10000 ਪਰ ਮੰਥ ਜਿਹੜਾ ਹੈ ਜੀ ਉਹ ਪੇ ਕੀਤਾ ਜਾਵੇਗਾ ਡਿਊਰੇਸ਼ਨ ਮਿਨੀਮਮ ਤੁਹਾਡਾ ਜਿਹੜਾ ਹੈ ਜੀ ਉਹ 5 ਮੰਥ ਦਾ ਹੈ ਇਨੂੰ ਮੈਕਸਿਮਮ ਤੁਸੀਂ ਲੈ ਕੇ ਜਾ ਸਕਦੇ ਹੋ ਜੋ ਤੁਹਾਡੇ ਤੇ ਡਿਪੈਂਡ ਰਹੇਗਾ ਜੀ ਔਰ ਇਸ ਦੇ ਉੱਪਰ ਜਿਹੜਾ ਇੰਟਰਨ ਕੈਂਡੀਡੇਟ ਜਿਹੜੇ ਨੇ ਉਹ ਫਾਲੋਇੰਗ ਹੋਣਗੇ ਜਿੱਦਾਂ ਕਿ ਜਿਹੜੇ ਪਰਸੂਇੰਗ ਕਰ ਰਹੇ ਨੇ ਬੀਈ ਬੀਟੈਕ ਜਿਹੜੇ ਸੀਐਸਸੀ, ਈਐਸਈਸੀ, ਆਈਟੀ, ਐਮਸੀਏ ਕਰ ਰਹੇ ਨੇ ਐਟਲੀਸਟ 60% ਮਾਰਕਸ ਦੇ ਨਾਲ ਠੀਕ ਹੈ ਜੀ ਪ੍ਰੀਵੀਅਸ ਸੈਮੈਸਟਰ ਦੇ ਵਿੱਚ ਇਹ ਨਹੀਂ ਹੁਣ ਰਿਜ਼ਲਟ ਨਹੀਂ ਆਇਆ ਤਾਂ ਪ੍ਰੀਵੀਅਸ ਸੈਮੈਸਟਰ ਜਿਹਨਾਂ ਦੇ 60% ਜਿਨ੍ਹਾਂ ਦੇ ਹੈਗੇ ਨੇ ਉਹ ਕਰ ਸਕਦੇ ਨੇ ਤੇ ਜਿਨ੍ਹਾਂ ਨੂੰ ਨੌਲੇਜ ਹੋਵੇ ਸੀ, ਸੀ ਪਲੱਸ ਪਲੱਸ, ਜਾਵਾ ਠੀਕ ਹੈ ਜੀ ਪਾਈਥਨ ਦੀ ਜਵਾਵਾ ਸਕ੍ਰਿਪਟ ਦੀ ਐਸਕਯੂਐਲ ਦੀ ਕਿਸੇ ਦੀ ਵੀ ਇਹਨਾਂ ਦੀ ਇਹਨਾਂ ਵਿੱਚੋਂ ਠੀਕ ਹੈ ਜੀ ਟੈਕਨੋਲੋਜੀ ਜਾਂ ਫਿਰ ਕੋਈ ਅਦਰ ਟੈਕਨੋਲੋਜੀ ਦਾ ਕਿ ਫਰੇਮਵਰਕਸ ਹੋਗੇ ਉਹਦੇ ਵਿੱਚ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਉਹਨਾਂ ਕੋਲ ਗ੍ਰੇਟ ਪ੍ਰੋਬਲਮ ਸੋਲਵਿੰਗ ਸਕਿਲਸ ਹੋਣੇ ਚਾਹੀਦੇ ਨੇ ਪੈਸ਼ਨੇਟ ਹੋਣੇ ਚਾਹੀਦੇ ਨੇ ਆਪਣੀ ਇੰਪਲੀਮੈਂਟੇਸ਼ਨ ਤੇ ਲਾਂਚ ਨਵੇਂ ਪ੍ਰੋਜੈਕਟ ਨੂੰ ਲਾਂਚ ਕਰਨ ਦੇ ਵਿੱਚ ਤੇ ਉਹਨਾਂ ਦੀ ਐਬਿਲਿਟੀ ਹੋਣੀ ਚਾਹੀਦੀ ਹੈ ਟ੍ਰਾਂਸਲੇਟ ਬਿਜ਼ਨਸ ਰਿਕੁਆਇਰਮੈਂਟ ਟੂ ਟੈਕਨੀਕਲ ਸੋਲੂਸ਼ਨ ਮਤਲਬ ਕਿ ਉਹ ਬਿਜ਼ਨਸ ਦੀ ਜੋ ਰਿਕੁਆਇਰਮੈਂਟ ਆ ਉਸ ਨੂੰ ਟੈਕਨੀਕਲ ਸੋਲ ਅਦਰ ਬੈਨੇਫੀਟੈਂਟਰਨਸ ਨੂੰ ਉਹਨੇ ਲਿਖਿਆ ਹੋਇਆ ਨੇ ਸੋ ਇਹਦੇ ਵਿੱਚ ਅਗਰ ਤੁਸੀਂ ਕਿਸੇ ਵੀ ਸੈਮੀ ਗਵਰਨਮੈਂਟ ਜਾਂ ਗਵਰਨਮੈਂਟ ਸੈਕਟਰ ਦੇ ਵਿੱਚ ਕੰਮ ਕਰੋ ਕਿਸੇ ਪ੍ਰੋਜੈਕਟ ਦੇ ਵਿੱਚ ਤਾਂ ਅੱਗੇ ਆਉਣ ਵਾਲੇ ਮੌਕੇ ਤੁਹਾਨੂੰ ਬਹੁਤ ਵਧੀਆ ਮਿਲਣਗੇ ਮਤਲਬ ਜੌਬ ਦੇ ਲਈ ਵੀ ਆਫਰ ਮਿਲੇਗਾ ਜਿਹੜੇ ਵਧੀਆ ਕੰਮ ਕਰਨਗੇ ਉਹਨਾਂ ਲਿਖਿਆ ਹੀ ਹੋਇਆ ਹੈ ਸਪੈਸ਼ਲੀ ਕਿ ਉਹਨਾਂ ਨੂੰ ਆਫਰ ਦਿੱਤਾ ਜਾਏਗਾ ਜੌਬ ਦੇ ਲਈ ਜੋ ਕਿ ਪਰਮਨੈਂਟ ਜੌਬ ਹੋਏਗੀ ਸੋ ਉਹਨਾਂ ਨੇ ਪ੍ਰੋਪਰ ਇੱਥੇ ਲਿਖਿਆ ਹੋਇਆ ਹੈ ਸੋ ਜ਼ਰੂਰ ਤੁਸੀਂ ਚੈੱਕ ਕਰ ਲੈਣਾ ਪੜ ਕੇ ਤੁਸੀਂ ਇਹਨਾਂ ਨੂੰ ਆਪਣੇ ਜਿਹੜੇ CV ਨੇਮਲ ਰੈਜ਼ਿਊਮ ਬਣ ਕੇ ਤਿਆਰ ਕਰਕੇ ਕਿਉਂਕਿ ਰੈਜ਼ਿਊਮ ਦੇ ਵਿੱਚ ਤੁਸੀਂ ਲਿਖੋਗੇ ਕਿ ਜੋ ਪਰਸੂਇੰਗ ਹੋਹੀ ਲਿਖੋ ਆਪਣੀ ਡਿਟੇਲ ਬਾਇਓ ਡਾਟਾ ਲੈ ਕੇ ਤੁਸੀਂ ਇਹਨਾਂ ਨੂੰ ਸੈਂਡ ਕਰਨਾ ਹੈ ਜੀ psegs.career@gmail.com ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਕਲੈਰੀਫਿਕੇਸ਼ਨ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜੀ ਸੋ ਬਾਕੀ ਇਹਦੀ ਵੈਬਸਾਈਟ ਜੋ ਕਿ dgrp.punjab.gov.in gov.in ਤੇ ਜਾ ਕੇ ਚੈੱਕ ਕਰੀ ਸਕਦੇ ਹੋ ਸਾਰੀ ਡਿਟੇਲਸ ਬਾਕੀ ਲਿੰਕ ਮੈਂ ਡਿਸਕ੍ਰਿਪਸ਼ਨ ਚ ਦੇ ਦੇਵਾਂਗਾ ਇਸ ਪੋਸਟ ਤੇ ਜਰੂਰ ਜਾ ਕੇ ਚੈੱਕ ਕਰ ਲੈਣਾ ਜੀ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ